ਜ਼ਿੰਦਗੀ ਇੱਕ ਕੈਨਵਸ ਦੀ ਤਰ੍ਹਾਂ ਹੈ ਜਿਸ ਦੇ ਵਿੱਚ ਹਰ ਇਨਸਾਨ ਆਪਣੇ ਆਪਣੇ ਢੰਗ ਦੇ ਨਾਲ ਰੰਗ ਭਰਦਾ ਹੈ, ਆਪਣੇ ਕਰਮਾਂ ਨਾਲ ਉਸ ਨੂੰ ਸਜਾਉਂਦਾ, ਸਵਾਰਦਾ ਜਾਂ ਵਿਗਾੜਦਾ ਹੈ। ਉਸ ਨੂੰ ਬਿਹਤਰ ਜਾਂ ਬਦਤਰ ਬਣਾਉਣਾ ਇਨਸਾਨ ਦੇ ਆਪਣੇ ਹੱਥ ਦੇ ਵਿੱਚ ਹੈ, ਪਰ ਖੁਦ ਜ਼ਿੰਦਗੀ ਨੂੰ ਜੇ ਕਿਸੇ ਕੈਨਵਸ ਤੇ ਉਤਾਰਨਾ ਪਵੇ ਤਾਂ ਉਸ ਰੱਬ ਦੀ ਬਖਸ਼ਿਸ਼ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ। ਅੱਜ ਅਸੀਂ ਇੱਕ ਐਸੇ ਹੀ ਕਲਾਕਾਰ ਨੂੰ ਮਿਲਦੇ ਹਾਂ ਜਿਸ ਨੇ ਜ਼ਿੰਦਗੀ ਦੇ ਅਲੱਗ ਅਲੱਗ ਭਾਵਾਂ ਨੂੰ ਬੜੇ ਹੀ ਸੁੰਦਰ ਢੰਗ ਦੇ ਨਾਲ ਕੈਨਵਸ ਤੇ ਚਿਤੇਰਿਆ ਹੈ। ਬੜੇ ਹੀ ਖੂਬਸੂਰਤ ਜਜ਼ਬੇ ਵਾਲੇ ਸਰਦਾਰ ਜਗਜੋਤ ਸਿੰਘ ਰੁਬਲ, ਜਿਨ੍ਹਾਂ ਨੇ ਜ਼ਿੰਦਗੀ ਨੂੰ ਬਿਲਕੁਲ ਅਸਲ ਰੂਪ ਦੇ ਵਿੱਚ ਕਾਗਜ਼ ਤੇ ਉਲੀਕਿਆ ਹੈ, ਉਹਨਾਂ ਦੀ ਕਲਾ ਵਿੱਚ ਉਸ ਰੱਬ ਦੀ ਦੁਆ ਝਲਕਦੀ ਹੈ। ਜਗਜੋਤ ਸਿੰਘ ਰੁਬਲ ਨੇ ਪੇਂਟਿੰਗਸ ਨੂੰ ਸ਼ੌਂਕ ਵਜੋਂ ਹੀ ਅਪਣਾਇਆ ਸੀ। ਆਪਣੇ ਪਿਤਾ ਦੀ ਛਤਰ ਛਾਇਆ ਹੇਠ ਉਹਨਾਂ ਦਾ ਸ਼ੌਂਕ ਨਿਖਰਿਆ ਤੇ ਅੱਜ ਉਹ ਇੱਕ ਪੂਰਨ ਕਲਾਕਾਰ ਦੇ ਤੌਰ ਤੇ ਸਥਾਪਿਤ ਹੋ ਚੁੱਕੇ ਹਨ। ਬਚਪਨ ਤੋਂ ਹੀ ਪੇਂਟਿੰਗਸ ਨੂੰ ਬਣਾਉਣਾ ਹੀ, ਅਤੇ ਮੇਰੇ ਪਾਪਾ ਨੂੰ ਉਹ ਵੀ ਪੇਂਟਿੰਗਸ ਕਰਦੇ ਸਨ, ਅਤੇ ਉਹਨਾਂ ਨੂੰ ਵੇਖ ਵੇਖ ਕੇ ਮੇਰੇ ਅੰਦਰ ਵੀ ਹੁੰਦਾ ਸੀ ਕਿ ਮੈਂ ਵੀ ਇਹ ਪੇਂਟਿੰਗਸ ਤਿਆਰ ਕਰਾਂ, ਅਤੇ ਮੈਂ ਕਹਿੰਦਾ ਜੀ ਦੁਬਾਰਾ ਤੋਂ ਪੇਂਟਿੰਗਸ ਬਣਾਉਂਦਾ ਸੀ, ਅਤੇ ਉਹ ਮੈਂ ਬਣਾ ਕੇ ਮੈਂ ਫਿਰ 10th ਕਲਾਸ ਤੋਂ ਬਾਅਦ ਮੈਂ ਪ੍ਰੋਫੈਸ਼ਨ ਫ੍ਰੀ ਹੋ ਗਿਆ ਸੀ, ਅਤੇ ਉਸ ਤੋਂ ਬਾਅਦ ਮੈਂ ਲਗਾਤਾਰ ਪੇਂਟਿੰਗਸ ਬਣਾ ਰਿਹਾ। ਹੁਣ ਤੱਕ ਉਹ 1000 ਤੋਂ ਵੱਧ ਪੇਂਟਿੰਗਸ ਬਣਾ ਚੁੱਕੇ ਹਨ। ਰੁਬਲ ਦੀ ਪੇਂਟਿੰਗਸ ਦੇ ਵਿੱਚ ਮੁੱਖ ਝੁਕਾਵ ਦੁਨੀਆ ਭਰ ਦੀਆਂ ਮਸ਼ਹੂਰ ਸ਼ਖਸੀਅਤਾਂ ਨੂੰ ਕੈਨਵਸ ਤੇ ਉਤਾਰਨਾ ਹੈ। ਫਿਲਮੀ ਕਲਾਕਾਰ, ਕ੍ਰਿਕਟ ਪਲੇਅਰ, ਨੇਤਾ ਤੇ ਹੋਰ ਮਸ਼ਹੂਰ ਸੈਲੀਬ੍ਰਿਟੀਜ਼ ਉਹਨਾਂ ਦੀ ਕਲਾ ਦਾ ਵਿਸ਼ਾ ਬਣੇ ਹਨ। ਕੋਰੇ ਕਾਗਜ਼ ਤੇ ਬਣਾਏ ਸਕੈਚ ਤੇ ਰੰਗਾਂ ਦੇ ਨਾਲ ਸਜਾਈ ਹਰ ਸ਼ਖਸੀਅਤ ਜਿਵੇਂ ਜੀ ਉੱਠਦੀ ਹੈ। ਕੋਈ ਵੀ ਇਨਸਾਨ ਉਹਨਾਂ ਦੀ ਕਲਾ ਨੂੰ ਵੇਖ ਕੇ ਉਹਨਾਂ ਦਾ ਮੁਰੀਦ ਹੋਏ ਬਿਨਾਂ ਨਹੀਂ ਰਹਿ ਸਕਦਾ। ਉਹ ਆਪਣੀਆਂ ਪੇਂਟਿੰਗਸ ਬਣਾ ਕੇ ਕਈ ਮਸ਼ਹੂਰ ਹਸਤੀਆਂ ਨੂੰ ਭੇਟ ਵੀ ਕਰ ਚੁੱਕੇ ਹਨ। ਕੈਨਵਸ ਤੇ ਪੇਂਟਿੰਗ ਤਿਆਰ ਕੀਤੀ ਜਾਂਦੀ ਹੈ, ਸਭ ਤੋਂ ਪਹਿਲਾਂ ਅਸੀਂ ਸਕੈਚ ਤਿਆਰ ਕਰਦੇ ਹਾਂ। ਜਿਸ ਤਰ੍ਹਾਂ ਕੋਈ ਵੀ ਹਿਊਮਨ ਇਨਸਾਨ ਆ, ਉਹਦਾ ਅਸੀਂ ਸਕੈਚ ਤਿਆਰ ਕਰਦੇ ਪੂਰਾ, ਆਈਸ, ਨੋਸ, ਲਿਪਸ, ਅਤੇ ਉਸ ਤੋਂ ਬਾਅਦ ਅਸੀਂ ਫਿਰ ਕਲਰਿੰਗ ਕਰਨੀ ਸ਼ੁਰੂ ਕਰਦੇ ਹਾਂ। ਅਤੇ ਓਇਲ ਪੇਂਟਿੰਗ ਹੁੰਦੀ ਆ, ਐਕਰੈਲਿਕ ਪੇਂਟਿੰਗ ਹੁੰਦੀ ਹੈ, ਵਾਟਰ ਪੇਂਟਿੰਗ ਹੁੰਦੀ ਹੈ, ਅਤੇ ਵੱਖਰੇ ਵੱਖਰੇ ਟਾਈਪਸ ਦੇ ਕਲਰਸ ਹੁੰਦੇ ਨੇ। ਅਤੇ ਇਹਦਾ ਪ੍ਰੋਸੀਜਰ ਇਹੋ ਹੀ ਆ ਕਿ ਮਤਲਬ ਕਈ ਪੈਨਸਲ ਸਕੈਚਸ ਬਣਾ ਲੈਂਦੇ ਨੇ, ਉਹਦੇ ਵਿੱਚ ਕਲਰਾਂ ਦੀ ਬਿਲਕੁਲ ਲੋੜ ਨਹੀਂ ਹੁੰਦੀ, ਅਤੇ ਕਈ ਕਲਰਸ ਕਰਦੇ ਨੇ। ਅਤੇ ਮੈਂ ਜ਼ਿਆਦਾਤਰ ਓਇਲ ਪੇਂਟਿੰਗ ਬਣਾਉਂਦਾ, ਅਤੇ ਉਹਦੇ ਵਿੱਚ ਖਰਚਾ ਕਾਫੀ ਮਹਿੰਗਾ ਹੁੰਦਾ ਨੇ। ਓਇਲ ਟਿਊਬਸ ਹੁੰਦੀਆਂ ਨੇ, ਅਤੇ ਕਾਫੀ ਕੋਸਟਲੀ ਹੁੰਦੀ ਆ ਪੇਂਟਿੰਗ, ਅਤੇ ਉਹ ਕੈਨਵਸ ਦੇ ਉੱਤੇ ਤਿਆਰ ਕਰਦਾ ਮੈਂ। ਦੇਸ਼ ਦੇ ਰਾਸ਼ਟਰਪਤੀ ਵੱਲੋਂ ਉਹਨਾਂ ਨੂੰ ਸਨਮਾਨ ਪੱਤਰ ਵੀ ਮਿਲ ਚੁੱਕਿਆ ਹੈ। ਆਪਣੀ ਕਲਾ ਨੂੰ ਦਿਨੋ ਦਿਨ ਮਿਲ ਰਹੀ ਪਛਾਣ ਤੋਂ ਉਤਸ਼ਾਹਿਤ ਰੁਬਲ ਨੇ ਦੱਸਿਆ ਕਿ ਕਲਾ ਨੂੰ ਕੋਈ ਆਪਣੇ ਰੋਜ਼ਗਾਰ ਦਾ ਹਿੱਸਾ ਵੀ ਬਣਾ ਸਕਦਾ ਹੈ। ਉਹਨਾਂ ਨੇ ਗੱਲਬਾਤ ਕਰਦੇ ਆਖਿਆ ਕਿ ਸਰਕਾਰ ਨੂੰ ਵੀ ਕਲਾ ਤੇ ਕਲਾਕਾਰ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਕਿ ਕਲਾ ਦੇ ਵਿੱਚ ਹੋਰ ਨਿਖਾਰ ਆ ਸਕੇ ਤੇ ਉਸਦਾ ਵਿਸਥਾਰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ।